ਪੁਲਿਸ ਆਉਣਗੇ ਇਹਨਾਂ ਨੂੰ ਮੰਮੀ ਫੜਨ, ਜੇ ਇਹਨਾਂ ਨੂੰ ਲੈ ਗਏ ਤੇ ਅਸੀਂ ਕੀ ਕਰਾਂਗੇ। ਤੇ ਮੇਰੀ ਸੁਣ ਗੱਲ, ਨਵ ਦਾ ਮਾਸੜ ਵੇਗਾ ਹੈਗਾ ਪੁਲਿਸ ਵਿੱਚ, ਉਹਨੂੰ ਨਾ ਆਖੀ ਉਹਦੇ ਨਾਲ ਗੱਲ ਕਰਨੇ ਆ। ਅਸੀਂ ਕਰੋ ਕਰੋ ਮੰਮੀ ਜਾ ਕੇ ਗੱਲ। ਇੰਦਰ ਮੈਂ ਤੇ ਬੜੀ ਆਸ ਨਾਲ ਆਈ ਹਾਂ, ਸੋਚੋ ਕੁਝ ਉਹ ਨਿਆਣੇ ਨੇ। ਕਾਦੇ ਮੰਮੀ ਉਹ ਨਿਆਣੇ ਨੇ? ਉਹਨਾਂ ਨੇ ਸਾਡੇ ਨਿਆਣੇ ਦਾ ਸੋਚਿਆ ਹੈ? ਜਿੱਦਣ ਸਾਨੂੰ ਘਰੋਂ ਧੱਕੇ ਮਾਰ ਕੇ ਕੱਢਿਆ ਸੀ ਉਦੋਂ ਤੇ ਉਹਨਾਂ ਨੂੰ ਨਿੱਕੇ ਜਿਹੇ ਜੀਤੇ ਮਾਸਾ ਤਰਸ ਨਹੀਂ ਆਇਆ ਹੈਗਾ। ਐਵੇਂ ਨਾ ਪਹਿਲਾਂ ਫੋਕੀਆਂ ਆਸਾਂ ਲਾ ਕੇ ਬਹਿ ਜਾ, ਇਹ ਹੁਣ ਮੰਮੀ ਦੇ ਆਉਣ ਤੇ ਪਤਾ ਲੱਗਣਾ। ਮੈਨੂੰ ਤੇ ਇਹ ਟੈਨਸ਼ਨ ਆ ਵੀ ਮੰਮੀ ਆਏ ਕਿਉਂ ਨਹੀਂ ਆਗੇ। ਉਹ ਮੰਮੀ ਦਾ ਕਹਿਣਾ ਨਹੀਂ ਸੀ ਉਹਨਾਂ ਮੋੜਨਾ ਗਿਆ ਹੋਣਾ। ਮੰਮੀ ਇੰਨਾ ਟਾਈਮ ਲਾਈਦਾ, ਤੁਸੀਂ ਤੇ ਜਾ ਕੇ ਬਹਿ ਗਏ ਆ। ਪਿੰਦਰ ਭਾਜੀ ਕਿੱਦਾਂ ਗਏ ਆ? ਤੂੰ ਮੈਨੂੰ ਇਹ ਦੱਸ ਵੀ ਲਵ ਕਿੱਥੇ ਆ? ਮੰਮੀ ਲਵ ਤੇ ਕਿਤੇ ਗਏ ਆ, ਆਂਦੇ ਮੈਂ ਵੀ ਹੱਥ ਪੱਲਾ ਮਾਰਨਾ ਵਾ। ਤੇ ਮੈਨੂੰ ਇਹ ਦੱਸੋ ਵੀ ਪਿੰਦਰ ਭਾਜੀ ਗਏ ਨੇ? ਨਹੀਂ ਗਿਆ ਹੈਗਾ। ਕਿਉਂ ਨੀ ਮੰਮੀ ਗਏ? ਫੋਨ ਕਰਤਾ ਨਾ? ਕਦੋਂ ਫੋਨ ਵੀ ਨੀ ਕੀਤਾ, ਮੈਂ ਤਾਂ ਬਥੇਰਾ ਹੱਥ ਪੱਲਾ ਜੋੜਿਆ ਸੀ ਵੀ ਉਹਨਾਂ ਨੂੰ ਫੋਨ ਹੀ ਕਰ ਦੋ ਤੁਸੀਂ, ਤੇ ਉਹ ਆਂਦੇ ਨੇ ਵੀ ਇਹਨੇ ਚੋਰੀ ਕੀਤੀ ਹੋਣੀ ਹੈ ਤਾਂ ਹੀ ਇਹ ਇਦਾਂ ਆਂਦਾ ਹੈ ਨਾ। ਮੰਮੀ ਤੁਹਾਨੂੰ ਲੱਗਦਾ ਵੀ ਲਾਵ ਇਦਾਂ ਦਾ ਹੋਊਗਾ? ਉਹ ਤੇ ਮੈਨੂੰ ਪਤਾ ਹੈ ਵੀ ਲਾਭ ਨਹੀਂ ਇੰਨੇ ਜੋਗਾ ਹੈਗਾ, ਨਾ ਤੇ ਨਾ ਇਹਦਾ ਕਿਸੇ ਦਾ ਝੂਠਾ ਹੀ ਲਾਤਾ ਵਿਚਾਰੇ ਦਾ। ਮੰਮੀ ਤੁਸੀਂ ਫਿਰ ਇੰਨਾ ਚਿਰ ਕਿੱਥੇ ਬਹਿ ਕੇ ਆ ਗਏ? ਚਿਰ ਮੈਂ ਕਿੱਥੇ ਲਾਉਣਾ, ਮੈਂ ਤਾਂ ਬਥੇਰਾ ਹੱਥ ਪੱਲਾ ਜੋੜਦੀ ਹਾਂ ਵੀ ਚੱਲ ਫੋਨ ਹੀ ਕਰ ਛੱਡੋ ਤੁਸੀਂ, ਵਿਚਾਰਾ ਕਿਤੇ ਕੋ ਨੌਕਰੀ ਕਰਦਾ ਰਹੇਗਾ। ਤੇ ਉਹ ਆਉਂਦੇ ਹਨ ਵੀ ਆਪ ਤੇ ਆਏ ਹੈ ਨੀ ਗੇ, ਆਪਦੇ ਆਕੜ 'ਚ ਰਹਿੰਦੇ ਨੇ, ਤੇ ਜਦੋਂ ਧੀਏ ਲੋੜ ਹੋਏ ਨਾ ਉਦੋਂ ਨੀਵਿਆਂ ਹੋਣਾ ਪੈਂਦਾ, ਤੇ ਜਾਓ ਤੁਸੀਂ ਚਲੇ ਜਾਓ। ਕੋਈ ਗੱਲ ਨੀ ਮੰਮੀ, ਮੈਂ ਚੱਲ ਜਾਣੀ ਆ, ਇਹ 'ਚ ਕਿਹੜੀ ਗੱਲ ਆ, ਤਾਂ ਆਓ ਆਪਾਂ ਚੱਲੀਏ। ਮੈਂ ਤੇ ਹੁਣ ਹੋ ਆਈ ਹਾਂ, ਤੁਸੀਂ ਦੋਵੇਂ ਜਣੇ ਚਲੇ ਜਾਓ। ਚੱਲ ਕੋਈ ਗੱਲ ਨੀ ਮੰਮੀ, ਮੈਂ ਹੋ ਕੇ ਆਉਂਦੀ ਆ, ਲਵ ਤੇ ਤੁਹਾਨੂੰ ਪਤਾ ਘਰ ਹੈ ਨੀ ਆ। ਚੱਲ ਜਾ ਫਿਰ, ਚਲੀ ਜਾ। ਗਰਲੀਨ ਇੱਕ ਮਿੰਟ ਮੇਰੀ ਗੱਲ ਸੁਣੀ। ਹਾਂਜੀ ਮੰਮੀ ਦੱਸੋ। ਜਦੋਂ ਜਾਏਗੀ ਨਾ, ਜੇ ਕੋਈ ਵੱਧ ਘੱਟ ਗੱਲ ਕਰਨਗੇ ਨਾ ਤੇ ਚੁੱਪ ਕਰਕੇ ਸੁਣੀ ਜਾਏ, ਕੋਈ ਗੱਲ ਕਰੀ ਨਾ, ਜਦੋਂ ਲੋੜ ਹੋਏ ਨਾ ਉਹਦਿਆਂ ਨੀਵਾਂ ਵੀ ਹੋਣਾ ਪੈਂਦਾ ਹੈ। ਕੋਈ ਗੱਲ ਮੰਮੀ, ਨਹੀਂ ਮੈਂ ਕੋਈ ਗੱਲ ਕਰਦੀ। ਚੱਲ ਜਾਓ ਫਿਰ। ਨਵਦੀਪ। ਹਾਂਜੀ। ਜੇ ਕਿਤੇ ਉਹਦੀ ਨੌਕਰੀ ਸੱਚੀ ਚੱਲ ਗਈ ਤੇ ਫਿਰ ਤੇ ਬੜਾ ਕੰਮ ਖਰਾਬ ਹੋ ਜਾਣਾ। ਤੇ ਅਸੀਂ ਕੀ ਕਰੀਏ, ਜਾਂਦੀ ਤੇ ਜਾਂਦੀ ਰੇ, ਉਹਨਾਂ ਨੂੰ ਹੰਕਾਰ ਹੀ ਬੜਾ ਵਾ ਨਾ ਆਪਣੀਆਂ ਨੌਕਰੀਆਂ ਦਾ। ਚੱਲ ਉਹ ਤੇ ਤੇਰੀ ਗੱਲ ਠੀਕ ਆ, ਇਦਾਂ ਕਰ ਹਾਂ, ਕਰਦੇ ਮਾਸੜ ਨੂੰ ਫੋਨ, ਫਿਰ ਕੀ ਹੋ ਚੱਲਿਆ। ਤੁਹਾਨੂੰ ਬੜਾ ਤਰਸ ਆਉਂਦਿਆ ਉਹਨਾਂ ਤੇ। ਉਹ ਚੱਲ ਕਿਸੇ ਦਾ ਭਲਾ ਹੋ ਜਾਏਗਾ, ਜੇ ਨਾ ਕੀਤਾ ਤਾਂ ਉਹਨਾਂ ਚ ਤੇ ਸਾਡੇ ਚ ਕੀ ਫਰਕ ਫਿਰ। ਭਲਾ ਪਿੰਦਰ ਉਹਨਾਂ ਦਾ ਕਰੀਦਾ ਹੁੰਦਾ ਵਾ ਜਿਨ੍ਹਾਂ ਨੂੰ ਕਿਸੇ ਦੀ ਗੱਲ ਦਾ ਅਹਿਸਾਸ ਹੋਏ, ਜਿਹਨੂੰ ਪਤਾ ਹੋਏ ਵੀ ਕਿਸੇ ਨੇ ਸਾਡਾ ਕੀਤਾ ਵਾ। ਇਹਨਾਂ ਦਾ ਕਰਨ ਦਾ ਤੇ ਕੋਈ ਫਾਇਦਾ ਨਹੀਂ ਆ, ਅੱਜ ਤੁਸੀਂ ਕਰ ਦੋਗੇ ਨਾ ਕੱਲ ਨੂੰ ਇਹਨਾਂ ਨੇ ਫਿਰ ਉਦਾਂ ਦੇ ਉਦਾਂ ਹੀ ਰਹਿਣਾ ਵਾ। ਸਾਨੂੰ ਤੇ ਕੁਝ ਸਮਝਦੇ ਨਹੀਂ ਹੈਗੇ, ਇਹਨਾਂ ਨੂੰ ਇਹ ਹੀ ਕਿ ਹੱਡ ਤੋਂ ਚਾਰ ਪੈਸੇ ਹੈਗੇ ਨੇ ਤੇ ਅਸੀਂ ਪੈਸੇ ਦੇ ਸਿਰ ਤੇ ਤੁਰੇ ਫਿਰਦੇ ਆ, ਸਾਨੂੰ ਕਿਸੇ ਦੀ ਲੋੜ ਹੀ ਨਹੀਂ ਹੈਗੀ। ਪਰ ਲਵ ਨਹੀਂ ਉਦਾਂ ਇਦਾਂ ਕਰ ਸਕਦਾ, ਅੱਗੋਂ ਕੋਈ ਪਤਾ ਵੀ ਨਹੀਂ ਆ, ਹੈ ਤੂੰ ਵੀ ਹੁਣ ਬੇਈਮਾਨੀ ਹੈ। ਆਹੋ ਕਰ ਕਿਉਂ ਨਹੀਂ ਸਕਦਾ, ਜਿਹੜਾ ਘਰ ਵਿੱਚ ਇੰਨਾ ਕੁਝ ਕਰਨ ਦਿਆ ਵਾ ਉੱਥੇ ਕਿਉਂ ਨਹੀਂ ਕਰ ਸਕਦਾ। ਉਦਾਂ ਅਗਲੇ ਨੇ ਚੇਚਾ ਘਲਾਇਆ ਹੈ ਮੰਮੀ ਨੂੰ, ਇੱਕ ਵਾਰੀ ਫੋਨ ਕਰਕੇ ਵੇਖਾਂ ਭਲਾ ਮਾਸੜ ਨੂੰ ਵੀ ਹੱਲ ਹੁੰਦਾ ਕਿ ਨਹੀਂ। ਭਾਵੇਂ ਹੱਲ ਹੋਏ ਤੇ ਭਾਵੇਂ ਨਾ ਹੋਏ, ਮੈਂ ਨਹੀਂ ਪਿੰਦਰ ਫੋਨ ਕਰਨਾ ਹੈਗਾ। ਮੈਂ ਅੱਗੇ ਬੜੀ ਇੰਨਾ ਤੋਂ ਅੱਕੀ ਫਿਰਨੀ ਆ, ਪਤਾ ਕਿੰਨੇ ਝੂਠੇ ਨਾਂ ਲਾਏ ਨੇ ਇਹਨਾਂ ਮੇਰੇ, ਮੇਰੇ ਪੈਸੇ ਵੀ ਇਹ ਲੱਗੀ ਸੀ, ਮੈਂ ਕਿੰਨੀ ਮਿਹਨਤ ਕੀਤੀ ਸੀ, ਇੱਕ ਵਾਰੀ ਨਹੀਂ ਸੋਚਿਆ ਉਹਨਾਂ ਨੇ। ਤੇ ਅੱਜ ਤੁਸੀਂ ਮੈਨੂੰ ਕਹਿੰਦੇ ਕਿ ਤੂੰ ਉਹਨਾਂ ਦੀ ਮਦਦ ਕਰਦੇ, ਮੈਂ ਨਹੀਂ ਫੋਨ ਕਰਨਾ ਹੈਗਾ। ਸਾਡੇ ਵੱਲੋਂ ਜਿੱਥੇ ਮਰਜ਼ੀ ਜਾਣ ਨਾ ਜਾਣ, ਵੈਸੇ ਨਾ ਬੜਾ ਵਧੀਆ ਹੋ ਗਿਆ ਕਿ ਅਸੀਂ ਇੱਥੇ ਆ ਗਏ ਹਾਂ, ਅਸੀਂ ਸਗੋਂ ਸੌਖੇ ਹਾਂ। ਜੇ ਕਿਤੇ ਉੱਥੇ ਹੁੰਦੇ ਨਾ, ਅੱਜ ਸਾਰੀ ਗੱਲ ਫਿਰ ਸਾਡੇ ਤੇ ਆ ਜਾਣੀ ਸੀ। ਤੇ ਤੁਸੀਂ ਕਹਿੰਦੇ ਕਿ ਤੂੰ ਫੋਨ ਕਰਕੇ ਤੇ ਕਹਿ ਉਹਨਾਂ ਨੂੰ, ਮੈਂ ਨਹੀਂ ਕਹਿਣਾ ਹੈਗਾ। ਏਦਾਂ ਸਾਡਾ ਕਿੱਦਾਂ ਨਾਂ ਲਾ ਦੇਣਾ ਸੀ, ਉੱਥੇ ਜਾਂਦਾ ਹੈ ਕਿ ਅਸੀਂ ਜਾਂਦੇ ਹਾਂ? ਮੈਂ ਤਾਂ ਕਹਿਣ ਡਿਆ, ਚੱਲ ਨਿੱਕਾ ਭਰਾ ਹੈ, ਦੁੱਖ ਜਿਹਾ ਆਉਣ ਡਿਆ, ਗਲਤੀਆਂ ਤੇ ਕੀਤੀਆਂ ਨੇ ਗਰਲੀਨ ਨੇ ਤੇ ਭੁਗਤਣੀ ਇਹਨੂੰ ਵੀ ਪੈਣ ਡਈਆਂ ਨਾਲ। ਕਿਉਂ ਪਿੰਦਰ, ਇਹਦਾ ਪੂਰਾ ਸਾਥ ਹੀ ਉਹਦੇ ਨਾਲ, ਜੇ ਉਹਨੂੰ ਰੋਕਦਾ ਨਾ ਤੇ ਇਥੋਂ ਦਾ ਕੰਮ ਕਦੇ ਵੀ ਨਹੀਂ ਆਉਣਾ, ਇਹ ਪੂਰੀ ਸਹਿ ਦਿੰਦਾ ਸੀ ਉਹਨੂੰ। ਲਾਈ ਲੱਗ ਗਿਆ ਵੀ ਮਗਰ ਉਹਦੇ ਲੱਗ ਗਿਆ, ਜੇ ਇਹੋ ਹੀ ਸਾਡੇ ਵਾਲੀ ਗੱਲ ਕਰਦਾ ਤੇ ਅੱਜ ਅਸੀਂ ਇਹਦੇ ਨਾਲ ਤੁਰਨਾ ਸੀ। ਤੇ ਹੋਰ ਪਿੰਦਰ, ਇਹਨਾਂ ਨੂੰ ਮਾਣ ਬੜਾ ਸੀ ਵੀ ਅਸੀਂ ਆ ਜੋ ਕੁਝ ਵੀ ਹੈਗੇ, ਸਾਨੂੰ ਤੇ ਕਿਸੇ ਦੀ ਲੋੜ ਨਹੀਂ ਪੈਣੀ ਹੈਗੀ।
ਐਵੇਂ ਕਹਿੰਦੇ ਨੇ ਕਿਸੇ ਵੇਲੇ ਤੇ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ ਹੈ। ਤੇ ਹੁਣ ਕਿੱਦਾਂ ਮੰਮੀ ਨੂੰ ਕਲਾਇਆ ਵਾ, ਆਪ ਆਉਂਦੇ ਹਾਂ ਜੇ ਇੰਨੇ ਨੱਕ ਵਾਲੇ ਹੀ ਤੇ ਆਪ ਆਣ ਕੇ ਸਾਨੂੰ ਆਉਂਦੇ ਤੇ ਹੋ ਸਕਦਾ ਸੀ ਇਹਨਾਂ ਦੀ ਮਾੜੀ ਮੋਟੀ ਮਦਦ ਕਰ ਵੀ ਦਿੰਦੇ। ਕਿੱਥੇ ਆਣੀ ਬਾਹਰ ਨਿਕਲ, ਕਿੱਡੀ ਭਾਰਾ ਸਿਰ ਪੈਣ ਡੀ ਆ। ਹਾਂ ਦੱਸ ਕਿੱਧਰ ਮੂੰਹ ਚੁੱਕਿਆ ਵਾ, ਕੀ ਚਾਹੀਦਾ ਤੈਨੂੰ, ਕਿੱਦਾਂ ਘਰ ਸਿਰ ਤੇ ਚੁੱਕਣੇ ਲਿਆ ਵਾ। ਜਿਹੜੀ ਗੱਲ ਕਰਨੀ ਨਾ ਆਰਾਮ ਨਾਲ ਕਰ, ਇੰਨਾ ਰੌਲਾ ਪਾਉਣ ਦੀ ਲੋੜ ਨੀ ਹੈਗੀ। ਤੂੰ ਮੇਰੇ ਘਰ ਆਈ ਆ, ਤੇਰਾ ਘਰ ਨੀ ਹੈ, ਜਿੱਦਾਂ ਤੂੰ ਮਰਜ਼ੀ ਬੋਲੀ ਜਾਏਂਗੀ। ਬਹਿਲਾ ਬਹਿਲਾ ਨੀ, ਐਡੀਆਂ ਛਾਲਾਂ ਨਾ ਮਾਰ, ਰਹਿਣ ਬਗਾਨੇ ਘਰ ਡਈ ਆ ਤੇ ਕਹਿਣ ਆਪਣਾ ਡਈ ਆ। ਜਦੋਂ ਆਪਣਾ ਘਰ ਲਏਂਗੀ ਨਾ ਮੇਰੇ ਨਾਲ ਗੱਲ ਫੇਰ ਕਰੀ। ਤੇ ਸਾਡਾ ਆਪਣਾ ਹੀ ਆ, ਦੇਤੇ ਨੇ ਅਸੀਂ ਪੈਸੇ। ਪੈਸੇ ਕਿੱਥੋਂ ਦਿੱਤੇ ਹੋਣੇ ਆ, ਜਿਹੜੇ ਅਸੀਂ ਦਿੱਤੇ ਉਹੀ ਦਿੱਤੇ ਹੋਣੇ ਆ। ਤੁਸੀਂ ਕਾਹਦੇ ਦਿੱਤੇ ਆ, ਉਹ ਸਾਡੇ ਬਣਦੇ ਸੀ, ਨਾਲੇ ਜਿੰਨੇ ਬਣਦੇ ਸੀ ਤੁਹਾਡੇ ਕੋਲ ਤੇ ਉਹਨੇ ਵੀ ਨਹੀਂ ਦਿੱਤੇ ਗਏ ਹੈਗੇ। ਗੱਲਾਂ ਕਰਦੀ ਫਿਰਦੀ ਆ, ਕੰਮ ਦੱਸ ਕਿੱਧਰ ਆਈ ਆ। ਜੇ ਮੰਮੀ ਨੂੰ ਭੱਲਿਆ ਸੀ ਵੀ ਫੋਨ ਕਰਦੇ, ਬੜੀ ਭਾਰਾ ਸਿਰ ਪੈਣ ਡੀ ਸੀ। ਨਹੀਂ ਫੋਨ ਕਰਨਾ ਮੈਂ। ਨਹੀਂ ਕਰਨਾ ਤੇ ਨੰਬਰ ਦੇ ਦੇ, ਅਸੀਂ ਕਰ ਲੈਨੇ ਆ, ਤੇਰੀਆਂ ਜਿਹੜੀਆਂ ਫੀਤੀਆਂ ਲੱਥ ਚੱਲੀਆਂ ਨੇ। ਕਿਹੜੀ ਗੱਲ ਤੈਨੂੰ ਨੰਬਰ ਦਵਾਣੀ, ਤੂੰ ਕੀ ਲੱਗਦੀ ਆ, ਉਹ ਤੇਰੇ ਰਿਸ਼ਤੇਦਾਰ ਨੀ ਆ, ਮੇਰੇ ਰਿਸ਼ਤੇਦਾਰ ਨੇ। ਨਾਲੇ ਜੇ ਨੰਬਰ ਚਾਹੀਦਾ ਸੀ ਨਾ ਆਪਣੀ ਆਕੜ ਛੱਡ ਕੇ ਆਉਣੀ ਸੀ, ਆਣ ਕੇ ਕਿੱਡੇ ਰੋਬ ਨਾ ਮੰਗਣ ਦੀ, ਨੰਬਰ ਦੇ ਦੋ ਮੈਨੂੰ, ਮੰਮੀ ਨੂੰ ਚੁਕਰਾਏ ਉਦੋਂ ਆਪ ਆਉਣਾ ਸੀ ਨਾ। ਨਾਲੇ ਚੁੱਕ ਕੇ ਆਈਦਾ ਹੁੰਦਾ ਵਾ ਜਦੋਂ ਕਿਸੇ ਨਾਲ ਕੋਈ ਕੰਮ ਹੋਵੇ। ਕਿੱਡਾ ਰੋਬ ਪਾਉਣ ਲੱਗੀ ਮੇਰੇ ਤੇ ਆਣ ਕੇ, ਨਾਲੇ ਨਾ ਹੁਣ ਪਹਿਲੀਆਂ ਗੱਲਾਂ ਨੀ ਰਹੀਆਂ, ਨਾਲੇ ਤੁਹਾਡੇ ਨਾਲ ਨਾ ਏਦਾਂ ਹੋਣਾ ਵੀ ਚਾਹੀਦਾ ਸੀ। ਤੁਸੀਂ ਤੇ ਘਰ ਵਿੱਚ ਇੰਨੀਆਂ ਠੱਗੀਆਂ ਚੋਰੀਆਂ ਕਰਦੇ ਹੋ ਤੇ ਉੱਥੇ ਕਰਨ ਲੱਗਿਆਂ ਥੋੜੀ ਬਹੁਤੀ ਸ਼ਰਮ ਕਰ ਲੈਂਦੇ, ਕਿੰਨੀ ਤੁਸੀਂ ਕਮਾਈ ਖਾਂਦੇ ਉਹਨਾਂ ਦੀ। ਨੀ ਅਸੀਂ ਕੱਖ ਵੀ ਨੀ ਕੀਤਾ, ਪਤਾ ਨੀ ਕਿਹਦਾ ਬੇੜਾ ਗਰਕ ਗਿਆ ਵਾ। ਜਿੱਦਾਂ ਤੇਰਾ ਗਰਕਿਆ ਸੀ, ਤੂੰ ਧੱਕੇ ਨਾਲ 40,000 ਰੁਪਇਆ ਲੈ ਕੇ ਗਈ ਹਨਾ, ਤੁਹਾਡੇ ਇੱਦਾਂ ਹੀ ਨਿਕਲਣੇ। ਮੈਂ ਤੇ ਕਿਹਨੀ 40 ਲੱਖ ਰੁਪਏ ਦਾ ਨਾਂ ਲੱਗਦਾ ਲੱਭਦਾ, ਸਗੋਂ ਹਾਲੇ ਤੇ ਤੁਹਾਡੇ ਨਾਲ ਕੁਝ ਵੀ ਨਹੀਂ ਹੋਇਆ। ਤੂੰ ਗਾਂ ਗਾਂ ਵੇਂਦੀ ਜਾ, ਤੇਰੇ ਨਾਲ ਬਣਦਾ ਕੀ ਕੁਝ ਆ। ਨੀ ਏਡੇ ਮਾਂ ਚ ਨਾ ਰੱਬ ਕੋਲੋਂ ਡਰ। ਤੂੰ ਡਰਦੀ ਹੈ ਰੱਬ ਕੋਲੋਂ, ਨਾਲੇ ਸਾਨੂੰ ਪਤਾ ਵਾ ਸਾਡੀ ਔਕਾਤ ਦਾ, ਅਸੀਂ ਕਿੱਥੇ ਕ ਰਹਿਣਾ ਵਾ। ਤੇਰੇ ਵਾਂਗੂ ਨੀ ਆ ਕਿ ਜਦੋਂ ਮਰਜ਼ੀ ਆਣ ਕੇ ਤੇ ਅਗਲੇ ਦੇ ਗੱਲ ਪੈ ਜਾਓ। ਨਹੀਂ ਗੱਲ ਮੈਂ ਕੀ ਪੈਣ ਡੀ ਆ, ਗੱਲ ਤੇ ਤੂੰ ਪੈਣ ਡੀ ਆ। ਤੈਨੂੰ ਤੇ ਇੰਨਾ ਵੀ ਨੀ ਪਤਾ ਵੀ ਆਏ ਗਏ ਇਹਨੂੰ ਪਾਣੀ ਪੁੱਛਣਾ ਘੁੱਟ। ਆਹੋ ਲੱਗੀ ਬਰਾਉਣ ਤੇਰੇ ਵਾਸਤੇ ਸਕੰਜਵੀ, ਤੈਨੂੰ ਅਕਲ ਹੋਏ ਨਾ ਤੇ ਤੈਨੂੰ ਕੋਈ ਸਾਰਾ ਕੁਝ ਪੁੱਛੇ, ਚੁੱਪ ਕਰਕੇ ਤੇ ਇੱਥੋਂ ਨਿਕਲਦੀ ਬਣ। ਇਹ ਨਾ ਹੋਏ ਮੈਨੂੰ ਹੋਰ ਕੁਝ ਕਰਨਾ ਪਏ, ਦਫਾ ਹੋ ਜਾ ਇੱਥੋਂ। ਨਹੀਂ ਇੱਥੇ ਹੀ ਆ, ਰੱਬ ਦਾ ਖੌਫ ਖਾ, ਦਿਨ ਭੁੱਲਣਾ ਤੇਰੇ ਤੇ ਵੀ ਆਉਣਗੇ, ਧੱਕੇ ਮਾਰ ਕੇ ਮੈਨੂੰ ਕੱਢਣ ਡੀ ਆ। ਨਾਲੇ ਤੇਰਾ ਹੀ ਸੋਚਿਆ ਸੀ, ਤੇਰੇ ਮਾਸੜ ਨੂੰ ਚੱਲ ਰਿਸ਼ਵਤ ਦੇ ਦਾਂਗੇ। ਉਹ ਨੀ ਤੁਹਾਡੇ ਵਰਗਿਆਂ ਦੀ ਰਿਸ਼ਵਤ ਖਾਂਦੇ, ਉਹਨਾਂ ਨੂੰ ਨੀ ਲੋੜ ਹੈਗੀ। ਤੂੰ ਇੱਥੋਂ ਤੁਰਦੀ ਬਣ, ਜਿੱਦਣ ਤੂੰ ਧੱਕੇ ਮਾਰ ਕੇ ਕੱਢੇ ਉਹ ਦਿਨ ਵਾਲਾ ਦਿਨ ਭੁੱਲ ਗਿਆ ਈ, ਕਿੱਡੀ ਆਈ ਮੈਨੂੰ ਮੱਤਾਂ ਦੇਣ ਵਾਸਤੇ। ਅੱਜ ਮੈਂ ਹੈ ਛੇਤੀ ਚ ਹਾਂ, ਨਹੀਂ ਤੇ ਤੈਨੂੰ ਮੈਂ ਦੱਸ ਕੇ ਜਾਂਦੀ, ਹੁਣ ਤੈਨੂੰ ਕੰਮ ਕਰਾ ਕੇ ਦੱਸਾਂਗੀ। ਤੇ ਅਕਲ ਹੀ ਨਹੀਂ ਉਹਨੂੰ, ਕੀ ਅਕਲ ਲਈ ਨਾ, ਹੁਣ ਆ ਕੇ ਇਹਨੂੰ ਮਾਸਾ ਅਕਲ ਦੇ ਦਿਓ, ਘਰ ਆਏ ਨੂੰ ਪਤਾ ਹੀ ਨਹੀਂ ਹੈ ਵੀ ਕਿੱਦਾਂ ਕੁਣਾ ਵਾ। ਮੈਨੂੰ ਕੀ ਪੁੱਛਾਂ ਭਲਾ ਨਵਦੀਪ ਨੂੰ, ਨਵਦੀਪ। ਹਾਂਜੀ ਗਰਲੀਨਾ, ਇਹ ਬੋਲਦੇ ਜਾਣ ਦੀ ਕੀ ਗੱਲ ਹੋਈ, ਐਵੇਂ ਪਿੰਦਰ ਔਖੀ ਹੁੰਦੀ ਸੀ ਆਣ ਕੇ ਇੱਥੇ। ਨਹੀਂ ਤੇ ਇਹ ਕਰਨ ਆਈ ਇੱਧਰ, ਮੈਨੂੰ ਆਂਦੀ ਵੀ ਤੁਸੀਂ ਫੋਨ ਕਿਉਂ ਨਹੀਂ ਕੀਤਾ ਉਹਨਾਂ ਨੂੰ, ਲਿਆਓ ਮੈਨੂੰ ਨੰਬਰ ਦੇ ਦਿਓ, ਮੈਂ ਆਪੇ ਗੱਲ ਕਰ ਲੈਨੀ ਆ। ਮੈਨੂੰ ਤਾਂ ਹੁਣ ਇਹਨੂੰ ਅਕਲ ਸਿਖਾਓ ਮਾਸਾ, ਕਦੇ ਬਹਿਣ ਦਾ ਨਹੀਂ ਇਹਨੇ ਕਿਹਾ ਮੈਨੂੰ, ਤੂੰ ਬਹਿ ਹੀ ਜਾ। ਬਹਿਣ ਵੱਲੋਂ ਪਿੰਦਰ ਇਹਨੂੰ ਕੀ ਕਹਿਣਾ ਸੀ, ਆਉਂਦਿਆਂ ਲੱਗ ਪਈ ਨੀ ਕਿੱਥੇ ਵੜੀ ਆ, ਬਾਹਰ ਨਿਕਲ ਇੱਧਰ ਸੁਣ, ਤੂੰ ਕਿੱਡੀ ਚਾਤਰ ਬਣੀ ਫਿਰਦੀ ਆ। ਜੇ ਤੁਸੀਂ ਨਹੀਂ ਗੱਲ ਕਰਨੀ ਤੇ ਅਸੀਂ ਆਪੇ ਗੱਲ ਕਰ ਲੈਨੇ ਆ, ਤੁਸੀਂ ਤੇ ਮਾਣ ਕਰਦੇ ਇਦਾਂ ਦੀਆਂ ਗੱਲਾਂ ਕਰਦੀ ਸੀ, ਫਿਰ ਇਹਨੂੰ ਮੈਂ ਕੀ ਬਿਠਾਉਣਾ ਸੀ। ਵੇਖ ਲੈ ਉੱਕੀ ਜਾਂਦੇ ਰੱਸੀ ਸੜ ਗਈ ਪਰ ਬਲ ਨਹੀਂ ਗਿਆ। ਇਹਨਾਂ ਨੇ ਨਹੀਂ ਪਿੰਦਰ ਕੁਝ ਵੀ ਹਾਵ ਹੋ ਸਕਦਾ, ਚੱਲ ਚੰਗਾ ਸਗੋਂ ਨਹੀਂ ਕੀਤਾ ਅਵੇ।
ਤੂੰ ਹੀ ਬਣਾਉਂਦੀ ਸੀ ਮੈਨੂੰ ਆਪਣੇ ਭਰਾ ਦਾ ਬੜਾ ਤਰਸ ਆਉਣ ਦਿਆ ਵਾ। ਚੱਲ ਮੈਂ ਤੇ ਉਹਦੇ ਕਰਕੇ ਆਉਣਾ ਹਾਂ ਤੇ ਇਹਦੇ ਹਾਲ ਵੇਖ ਲੋ ਬੜਾ ਬੋਲ ਕੇ ਗਈ ਕਹਿੰਦੀ ਅਸੀਂ ਤੇ ਸੋਚਿਆ ਸੀ ਚੱਲ ਤੇਰੇ ਮਾਸੜ ਨੂੰ 4 ਪੈਸੇ ਦੇ ਦਾਂਗੇ ਮਹਾ ਆਉਣੀ ਹੈਗੇ ਰਿਸ਼ਵਤ ਲੈਣ ਵਾਲੇ ਵੇਖ ਲੈ ਇਹਨਾਂ ਨੇ ਸਮਝਿਆ ਵੀ ਜਿੱਦਾਂ ਦੇ ਅਸੀਂ ਆ ਸਾਰੇ ਹੀ ਇਦਾਂ ਦੇ ਨੇ ਤੇ ਹੋਰ ਉਹ ਮੈਂ ਪੁੱਛ ਕੇ ਆਇਆ ਵਾਂ ਕੀ ਆਂਦੇ ਆਂਦੇ ਦੇਖ ਲੋ ਜੇ ਖੜਨੀ ਹੈ ਪਰ ਮੈਨੂੰ ਪੁਰਾਣੀ ਜੀ ਲੱਗੀ ਮਸ਼ੀਨ ਚਲਦੀ ਚੁਲਦੀ ਵੈਸੇ ਉਸ ਤਰ੍ਹਾਂ ਦੇ ਚੱਲਦੀ ਏ ਚੱਲ ਸਗੋ ਵਧੀਆ ਜੇ ਚੱਲਦੀ ਪੁਰਾਣੀਆਂ ਚੀਜ਼ਾਂ ਸਗੋ ਚੰਗੀਆਂ ਨੇ ਮੈਂ ਪੁੱਛਿਆ ਵੀ ਕਿੰਨੇ ਪੈਸੇ ਤੇ ਉਹਨਾਂ ਜੇ ਪੈਸੇ ਨਹੀਂ ਦੱਸੇ ਆਂਦੇ ਪਹਿਲਾਂ ਤੁਸੀਂ ਵੇਖ ਲੋ ਵੀ ਲੈਣੀ ਹੈ ਜਾਂ ਨਹੀਂ ਮੈਂ ਪਿੰਦਰ ਫਿਰ ਆਪ ਜਾਵਾਂਗੇ ਇੱਕਰੀ ਚੰਗੀ ਤਰ੍ਹਾਂ ਚੈੱਕ ਕਰ ਲਾਂਗੇ ਆਹ ਚੱਲ ਵੇਖ ਲਈ ਚੱਲ ਲਿਆਵਾਂਗੇ ਤੇ ਮੁੜ ਕੇ ਆਉਣਾ ਸੂਟ ਇੰਨੇ ਪਏ ਨੇ ਸੀਗੇ ਮੁੜ ਕੇ ਭਾਵੇਂ ਲੈਣ ਵਾਲੇ ਆ ਵੀ ਜਾਣ ਨਾਲੇ ਮੈਂ ਹੈਕਰੀ ਆਪਣਾ ਕੰਮ ਤੁਰ ਪਊਗਾ ਤੇ ਨਾਲੇ ਪੁਰਾਣੀਆਂ ਚੀਜ਼ਾਂ ਚੰਗੀਆਂ ਹੁੰਦੀਆਂ ਨੇ ਨਵੀਂ ਦਾ ਤੇ ਫੇਰ ਉਹ ਕੰਮ ਹੀ ਰਹਿੰਦਾ ਉਹ ਬੜੀਆਂ ਚੱਜ ਦੀਆਂ ਬਣਾਉਂਦੇ ਨੇ ਹੁਣ ਪਰ ਉਹਨਾਂ ਜਿਹੜੀ ਨਵੀਂ ਨਹੀਂ ਲੈਂਦੀ ਉਹ ਬੜੀ ਵਧੀਆ ਸੀ ਉਹ ਕਿੰਨੇ ਦੀ ਆਈ ਹੈ ਉਹ 10-12 ਹਜ਼ਾਰ ਦੀ ਦੱਸਾਂ ਦੇ ਨੇ ਅੱਛਾ ਹੂੰ ਤੇ ਹੁਣ ਲੈ ਗਿਆ ਭਾਵੇਂ ਉਹ ਅਜੇ ਮਹਾਂ ਆ ਨਹੀਂ ਲਈ ਜਾਂਦੀ ਤੇ ਉਹ ਲੈ ਆਈਏ ਇੱਕ ਵਾਰੀ ਕੰਮ ਤੇ ਚਲਾਈਏ ਫੇਰ ਮੈਂ ਹਾਂ ਚੱਲ ਜੇ ਲੈਣੀ ਸੀ ਤੇ ਚੰਗੀ ਲੈ ਲਾਂਦੇ ਮਾਸਾ ਵੇਖ ਲਾ ਫਿਰ ਇੱਕ ਵਾਰੀ ਤੂੰ ਵੇਖ ਕੇ ਜੇ ਨਾ ਚੰਗੀ ਲੱਗੇਗੀ ਫਿਰ ਨਵੀਂ ਲੈਵਾਂਗੇ ਚੱਲ ਕੋਈ ਗੱਲ ਨਹੀਂ ਫਿਰ ਹਾਲੇ ਕੰਮ ਇੱਕਰੀ ਸ਼ੁਰੂ ਕਰ ਲੈਨੇ ਆ ਤੇ ਮੁੜ ਕੇ ਕੁਝ ਟਾਈਮ ਪਾ ਕੇ ਤੇ ਫਿਰ ਵਧੀਆ ਲੈ ਲਾਂਗੇ ਹਾਂ ਚੱਲ ਇਦਾਂ ਹੀ ਕਰਾਂਗੇ ਚੱਲ ਬਣਾ ਸਬਜੀ ਸੁਜੀ ਫਿਰ ਬਸ ਸਾਰਾ ਕੁਝ ਤਿਆਰ ਹੋਇਆ ਮੈਂ ਤੜਕਾ ਹੀ ਤਿਆਰ ਕਰਨਾ ਵਾ ਕੀ ਬਣੇਗਾ ਹੁਣ ਗਰਲੀਨ ਨਾਲ ਕਰਦਾ ਗੱਲ ਜਾ ਕੇ ਕੋਈ ਨਾ ਕੋਈ ਮਸਲਾ ਹੱਲ ਕਰਨਾ ਪੈਣਾ ਹਾਏ ਹੁਣ ਕੀ ਕਰੀਏ ਮੈਨੂੰ ਤਾਂ ਕੁਝ ਸਮਝ ਨਹੀਂ ਲੱਗਣ ਦੀ ਜੇ ਲਵ ਨੂੰ ਪੁਲਿਸ ਫੜ ਕੇ ਲੈ ਗਈ ਤੇ ਮੇਰਾ ਕੀ ਬਣੂਗਾ ਲਵ ਨੂੰ ਫੋਨ ਲਾ ਕੇ ਪੁੱਛਣੀ ਆ ਤੇ ਕੁਝ ਬਣਿਆ ਲੈ ਤੁਸੀਂ ਆ ਹੀ ਗਏ ਹੋ ਤੇ ਕਿੱਦਾਂ ਫਿਰ ਕੀ ਬਣਿਆ ਬਣਨਾ ਕੀ ਹੈ ਗਰਲੀਨ ਹਜੇ ਤੇ ਕੁਝ ਨਹੀਂ ਦਿਖਣ ਡਿਆ ਕੋਈ ਗੱਲ ਨਹੀਂ ਬਣੀ ਹੈਗੀ ਬੜੀ ਕੋਸ਼ਿਸ਼ ਕੀਤੀ ਸਾਰਿਆਂ ਪਾਸਿਆਂ ਤੋਂ ਅਜੇ ਤੇ ਲਮਕਾ ਹੀ ਆ ਢੇਲੀ ਆ ਕੋਈ ਵਿਹਾਂ ਵਾਲਾ ਪਾਸਾ ਨਹੀਂ ਮੈਨੂੰ ਦਿਖਣ ਡਿਆ ਹੈਗਾ ਮੈਂ ਤੇ ਸਗੋਂ ਕਿਹਾ ਵੀ ਚਲੋ ਦੇ ਲੈ ਕੇ ਜੇ ਥੋੜ੍ਹਾ ਬਹੁਤਾ ਹੋ ਜੇ ਗੱਲ ਤਾਂ ਤਦ ਵੀ ਆ ਪਰ ਨਾ ਕਿਉਂਕਿ ਜਿਨ੍ਹਾਂ ਨੇ ਕੰਮ ਕੀਤਾ ਵਾ ਨਾ ਉਹਨਾਂ ਨੇ ਪਹਿਲਾਂ ਹੀ ਸਾਰੇ ਕੰਮ ਪੱਕੇ ਕੀਤੇ ਆ ਵੀ ਕਿਤੇ ਵੀ ਉਹਨਾਂ ਦਾ ਨਾਂ ਨਾ ਆਏ ਅਤੇ ਮੇਰੇ ਤੇ ਸੁਣ 'ਚ ਇੱਕ ਹੋਰ ਵੀ ਗੱਲ ਮੈਨੂੰ ਪਤਾ ਲੱਗੀ ਆ ਵੀ ਉਹ ਆਪਣੀ ਬਦਲੀ ਕਰਾਉਂਦੇ ਆ ਵੀ ਆਪਾਂ ਇੱਥੋਂ ਨਿਕਲੀ ਜਾਈਏ ਅਤੇ ਜੇ ਉਹ ਗਰਲੀਨ ਚੱਲ ਗਏ ਨਾ ਤੇ ਫਿਰ ਸਮਝ ਲਾ ਮੇਰੀ ਜੇਲ੍ਹ ਪੱਕੀ ਆ ਮੇਰੀ ਖਲਾਸੀ ਨਹੀਂ ਹੋਣੀ ਹੈਗੀ ਕਿਸੇ ਵੀ ਹਾਲਤ 'ਚ ਅਤੇ ਮੈਨੂੰ ਤਾਂ ਆਪ ਨਹੀਂ ਉਹ ਕੁਝ ਸੁੱਝਣ ਡਿਆ ਅਤੇ ਥਾਣੇਦਾਰ ਨਾਲ ਸਗੋਂ ਗੱਲ ਹੋਈ ਉਹਨੇ ਇੰਨਾ ਕੁ ਕਿਹਾ ਵੀ ਆਪਾਂ 2-3 ਦਿਨ ਵੇਟ ਕਰ ਸਕਦੇ ਹਾਂ ਉਸ ਤੋਂ ਬਾਅਦ ਤੈਨੂੰ ਹਰ ਹਾਲ 'ਚ ਹਾਜ਼ਰ ਹੋਣਾ ਹੀ ਪੈਣਾ ਹੁਣ ਫਿਰ ਕੀ ਕਰਾਂਗੇ ਹੁਣ ਤਾਂ ਗਰਲੀਨ ਇੱਕੋ ਹੀ ਰਾਸਤਾ ਹੀ ਉਹ ਵੀ ਭਾਬੀ ਨਵਦੀਪ ਦੇ ਮਾਸੜ ਆ ਨਾ ਜਿਹੜੇ ਉਹ ਇਹ ਕੰਮ ਦੇ ਵਿੱਚ ਆਉਣ ਅਤੇ ਫਿਰ ਮੇਰੀ ਖਲਾਸੀ ਹੋ ਸਕਦੀ ਹੈ ਅਤੇ ਆਪਾਂ ਇੱਦਾਂ ਕਰੀਏ ਜ਼ਿਆਦਾ ਟਾਈਮ ਨਾ ਪਾਈਏ ਹੈਗਾ ਉਹਨਾਂ ਵੱਲ ਚੱਲੀਏ ਤੇ ਜਾ ਕੇ ਕਹੀਏ ਵੀ ਮਾਸੜ ਨੂੰ ਮਿਲ ਕੇ ਵੀ ਸਾਡਾ ਕੰਮ ਨਾ ਪੇੜੇ ਮੈਂ ਨਹੀਂ ਉੱਧਰ ਜਾਣਾ ਜੂਣਾ ਤੁਸੀਂ ਜਾਣਾ ਤੇ ਚੱਲ ਜਾਓ ਤੈਨੂੰ ਵੀ ਨਾਲ ਜਾਣਾ ਹੀ ਪੈਣਾ ਵਾ ਮੈਂ ਇਕੱਲਾ ਜਾਵਾਂਗਾ ਤੇ ਫਿਰ ਉਹਨਾਂ ਨੇ ਇਦਾਂ ਮੇਰੀ ਗੱਲ ਮੰਨਣਗੇ ਅਜੇ ਪਿੰਦਰ ਤੇ ਚਲੋ ਫਿਰ ਵੀ ਭਾਵੇਂ ਮਾੜੀ ਮੋਟੀ ਸੁਣ ਲੈ ਤੇ ਭਾਬੀ ਨਵਦੀਨ ਨੇ ਤੇ ਇਦਾਂ ਗੱਲ ਮੰਨਣੀ ਨਹੀਂ ਆ ਗਈ ਹਾਂ ਮੈਂ ਤੁਹਾਡੇ ਮਗਰੋਂ ਮੈਂ ਚੱਲ ਹੋ ਕੇ ਅੰਨੀ ਆ ਫਿਰ ਵੀ ਆਪਣੇ ਆਪਣੇ ਹੁੰਦੇ ਆ ਅਗਲੀ ਤੇ ਮੇਰੇ ਗਾਲੀ ਪੈ ਗਈ ਅੱਛਾ ਇਦਾਂ ਉਹਨਾਂ ਨੇ ਕੀਤਾ ਤੈਨੂੰ ਧੱਕੇ ਮਾਰ ਕੇ ਕੱਢਿਆ ਤੇ ਇੱਕ ਮੈਂ ਤੁਹਾਡੇ ਕਰਕੇ ਗਈ ਹਾਂ ਉਹ ਚੱਲ ਗਈ ਤੇ ਹੈਗੀ ਆ ਤੂੰ ਆਪਣੀ ਜ਼ਬਾਨ ਤੇ ਕੰਟਰੋਲ ਰੱਖਿਆ ਹੈ ਕਿ ਨਹੀਂ ਮੈਂ ਉਹਨੂੰ ਕੀ ਕਿਹਾ ਮੈਂ ਤਾਂ ਕੱਖ ਕਿਹਾ ਹੀ ਨਹੀਂ ਮੈਂ ਤੇ ਤਰਲੇ ਮਾਰਨਦੀ ਹਾਂ ਉਹਦੇ ਚੱਲ ਪਿੰਦਰ ਨੇ ਤਾਂ ਸੁਣੀ ਹੋਣੀ ਆ ਗੱਲ ਉਹ ਭਾਜੀ ਹੈ ਨਹੀਂ ਉੱਥੇ ਆਉਂਦੇ ਤੁਰੇ ਆਉਂਦੇ ਤੇ ਮੈਂ ਕਿਹਾ ਮੈਂ ਮਾਸੀ ਇਹਨੂੰ ਅਕਲ ਵੀ ਦੇ ਦਿਓ
ਤੇ ਫੇਰ ਫੇਰ ਮੈਨੂੰ ਕੀ ਪਤਾ, ਏਦਾਂ ਹੋ ਨਹੀਂ ਸਕਦਾ ਭਾਬੀ, ਏਦਾਂ ਦੇ ਬੋਲ ਨਹੀਂ ਸਕਦੇ ਗੱਲ, ਮੈਨੂੰ ਯਕੀਨ ਨਹੀਂ ਆਉਣ ਡਿਆ ਹੈਗਾ। ਤੂੰ ਸਾਰੀ ਗੱਲ ਦੱਸੀ ਵੀ ਏਦਾਂ ਹੋਇਆ ਤੇਨੂੰ? ਬਾਰ ਬਾਰ ਦੱਸਿਆ ਬਹੁਤੀ ਗੱਲ ਆ, ਬੰਦਾ ਪੁੱਛੇ ਉਹਨੂੰ ਨੀ ਪਤਾ, ਸਭ ਕੁਝ ਪਤਾ, ਮੰਮੀ ਦੱਸ ਕੇ ਆਈ ਆ, ਉਹਦੀ ਤਾਂ ਹਵਾ ਹੀ ਤਾਂ ਦੀ ਹੋ ਗਈ ਆ। ਓਏ ਹਵਾ ਤੇ ਤਾਂ ਦੀ ਹੋ ਗਈ ਆ, ਉਹ ਤੇ ਗੱਲ ਠੀਕ ਆ ਤੇਰੀ, ਪਰ ਕੋਈ ਗੱਲ ਤੇ ਦੱਸ ਕਿ ਸਿਰ ਮੂੰਹ ਪਤਾ ਲੱਗਾ ਕਿ ਨਹੀਂ? ਸਿਰ ਮੂੰਹ ਕੀ ਆ, ਅਗਲੀ ਕਹਿੰਦੀ ਮੇਰੇ ਘਰ ਆਈ ਆ ਵੀ ਚੱਜ ਨਾ ਬੋਲ, ਤੇ ਮੈਂ ਹਜੇ ਮਾੜਾ ਨੂੰ ਆਖਿਆ ਵੀ ਨਹੀਂ, ਤੇ ਨਾਲੇ ਉਹਨਾਂ ਨੇ ਘਰ ਲੈ ਲਿਆ ਤਾਏ ਹੁਣਾਂ ਵਾਲਾ, ਤੇ ਤੁਹਾਡੇ ਨਾਲ ਇੰਨੀ ਗੱਲਬਾਤ ਫੋਨ ਤੇ ਕਰਦੇ, ਤੁਸੀਂ ਕਹਿ ਨਹੀਂ ਸਕਦੇ ਤਾਏ ਉਹਨਾਂ ਨੂੰ, ਕੋਈ ਕੱਢੋ ਇਹਨਾਂ ਨੂੰ ਬਾਹਰ। ਇਹ ਗੱਲਾਂ ਨੂੰ ਛੱਡ ਦੇ, ਪਹਿਲੀ ਗੱਲ ਤੇ ਮੈਂ ਤਾਏ ਉਹਨਾਂ ਨੂੰ ਕੀ ਕਹਿੰਦਾ, ਮੇਰੇ ਨਾਲ ਮੰਨਿਆ ਉਹਨਾਂ ਦੀ ਹੈਗੀ, ਤੇ ਪਿੰਦਰ ਨਾਲ ਕਿਹੜੀ ਹੈ ਨਹੀਂ ਆ, ਪਿੰਦਰ ਸਗੋਂ ਮੇਰੇ ਨਾਲ ਵੱਧ ਉਹਨਾਂ ਕੋਲ ਰਹਿੰਦਾ ਵਾ, ਉਹ ਪੈਲੀ ਬੰਨੇ 'ਚ ਵੀ ਇਕੱਠੇ ਫਿਰਦੇ ਰਹਿੰਦੇ ਆ, ਤੇ ਨਾਲੇ ਇਹੋ ਜਿਹੀ ਗੱਲ, ਉਹ ਤੂੰ ਗੱਲਾਂ ਸਭ ਬੰਦ ਕਰਦੇ, ਮੈਨੂੰ ਹੁਣ ਕੋਈ ਗੱਲ ਚੰਗੀ ਨਹੀਂ ਲੱਗਣ ਦੀ, ਉਹਨਾਂ ਨੂੰ ਬਾਹਰ ਕਰਦਿਆਂ ਕਰਦਿਆਂ ਮੇਰੇ 'ਤੇ ਪਰਚਾ ਦਰਜ ਹੋ ਜਾਣਾ, ਤੇ ਮੈਂ ਅੰਦਰ ਚਲ ਜਾਣਾ ਵਾ, ਤੇ ਤੂੰ ਆ ਜਿਹੜਾ ਵੈਰ ਵਿਰੋਧ ਦੀਆਂ ਗੱਲਾਂ ਇਹਨਾਂ 'ਚ ਉਲਝ ਕੇ ਰਹਿ ਜਾਣਾ ਵਾ। ਮੈਂ ਤਾਂ ਤੁਹਾਡੇ ਕਰਕੇ ਗਈ ਆ, ਮੇਰੀ ਤੇ ਜੁੱਤੀ ਵੀ ਨਾ ਅੰਦਰ ਜਾਏ, ਅਗਲੀ ਆਂਦੀ ਤੁਹਾਡੇ ਨਾਲ ਇਦਾਂ ਹੀ ਹੋਣਾ ਚਾਹੀਦਾ, ਜਿੱਥੇ ਉਹਨਾਂ ਨੇ 20 ਲੱਖ ਕਿਹਾ ਉੱਥੇ 40 ਲੱਖ ਭਰ ਦੇ ਤੁਸੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ, ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਣ ਡਈ ਏ। ਜੇਕਰ ਵਧੀਆ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੀ ਫੈਮਿਲੀ ਮੈਂਬਰ ਤੇ ਫਰੈਂਡਸ ਦੇ ਨਾਲ, ਤੇ ਚੈਨਲ ਨੂੰ ਵੀ ਸਾਰੇ ਜਣੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿ ਜਿਹੜੀ ਬੜੀ ਜ਼ਿਆਦਾ ਚੱਲੇ, ਤਾਂ ਕਿ ਸਾਨੂੰ ਵੀ ਜਿਹੜਾ ਕੰਮ ਕਰਨ ਦੇ ਵਿੱਚ ਮਜ਼ਾ ਆਏ, ਕਿਉਂਕਿ ਜੇ ਵੀਡੀਓ ਚੱਲਦੀ ਹੈ ਨਾ ਫਿਰ ਜ਼ਿਆਦਾ ਮਜ਼ਾ ਆਉਂਦਾ ਵਾ, ਅਤੇ ਆਈਡੀਆ ਵੀ ਫਿਰ ਵੱਧ ਆਉਂਦੇ ਆ, ਜਦੋਂ ਇੱਦਾਂ ਵੀਡੀਓ ਘੱਟ ਚੱਲਦੀ ਹੈ ਨਾ ਫਿਰ ਥੋੜ੍ਹਾ ਜਿਹਾ ਇਹ ਹੁੰਦਾ ਵਾ ਕਿ ਹਾਏ ਚੱਲਣ ਨਹੀਂ ਦੀ, ਹੁਣ ਅੱਗੇ ਕੀ ਪਾਈਏ ਕੀ ਪਾਈਏ, ਅਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਆ ਕਿ ਪਲੀਜ਼ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਬੈਲ ਨੋਟੀਫਿਕੇਸ਼ਨ ਵੀ ਜ਼ਰੂਰ ਔਨ ਕਰ ਲਿਓ, ਜਿਹਦੇ ਨਾਲ ਤੁਹਾਨੂੰ ਕਿ ਜਦੋਂ ਵੀ ਵੀਡੀਓ ਪਾਈਏ ਉਦੋਂ ਸ਼ੋ ਹੋ ਜਾਏ, ਅਤੇ ਜਿਹੜੀ ਹੁਣ ਨੈਕਸਟ ਵੀਡੀਓ ਆਏਗੀ ਉਹ ਵੀ ਬਹੁਤ ਵਧੀਆ ਮੈਂ ਜਿਹੜੀ ਸੋਚੀ ਹੈ। ਆਪਣੇ ਵੱਲੋਂ ਤਾਂ ਪਸੰਦੀਆਂ ਵਧੀਆ ਹੀ ਸੋਚਦੇ, ਪਰ ਉਹਨਾਂ ਨੂੰ ਵਧੀਆ ਲੱਗਣੀ ਚਾਹੀਦੀ ਹੈ ਨਾ। ਚਲੋ ਜੀ ਠੀਕ ਹੈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।